ਮੋਗਾ ਜ਼ਿਲ੍ਹੇ ਦੇ ਹੱਦ ਤੇ ਬਸੇ ਪਿੰਡ ਸਲੀਮਪੁਰ ਵਿਖੇ ਇੱਕ ਗਰੀਬ ਪਰਿਵਾਰ ਦੇ ਦੋਵੇਂ ਬੱਚੇ ਭਿਆਨਕ ਬਿਮਾਰੀ ਕਾਰਨ ਅਤੇ ਅੰਤ ਦੀ ਗਰੀਬੀ ਕਾਰਨ ਅੱਜ ਇਲਾਜ ਕਰਵਾਉਣ ਤੋਂ ਅਸਮਰਥ ਨਜ਼ਰ ਆ ਰਹੇ ਹਨ। ਆਪਣੇ ਮਾੜੇ ਕਰਮਾਂ ਕਾਰਨ ਅੱਜ ਪਰਮਾਤਮਾ ਨੂੰ ਕੋਸ ਰਹੇ ਹਨ। ਬੱਚਿਆਂ ਦੀ ਮਾਂ ਬਲਵੀਰ ਕੌਰ ਨੇ ਰੋਂਦਿਆਂ ਦੱਸਿਆ ਕਿ ਮੇਰੇ ਬੱਚੇ ਅਮਰਦੀਪ ਸਿੰਘ 12 ਸਾਲ ਅਤੇ ਕਰਨਦੀਪ ਸਿੰਘ 10 ਸਾਲ ਅਚਾਨਕ ਹੀ ਦੋਵੇਂ ਬੱਚਿਆਂ ਦੇ ਲੱਤ ਤੋਂ ਥੱਲੇ ਦਾ ਹਿੱਸਾ ਸੁੱਕਣ ਕਾਰਨ ਮੰਜੇ ਉੱਪਰ ਪਏ ਹਨ। ਉਹਨਾਂ ਦੀ ਮਾਂ ਨੇ ਦੱਸਿਆ 2 ਸਾਲ ਵੱਖ ਵੱਖ ਹਸਪਤਾਲਾਂ 'ਚੋਂ ਇਲਾਜ ਕਰਵਾ ਕੇ ਜੋ ਪੈਸਾ ਉਹ ਖਰਚ ਕਰ ਚੁੱਕੀ ਹੈ। ਬੇਵੱਸ ਮਾਂ ਦਾ ਇਹ ਵੀ ਕਹਿਣਾ ਹੈ, ਸਰਕਾਰ ਪਾਸਿਓਂ ਦਵਾਈ ਤਾਂ ਕੀ ਮਿਲਣੀ ਸੀ, ਬੱਚਿਆਂ ਨੂੰ ਟ੍ਰਾਈਸਾਈਕਲ ਤੱਕ ਨਹੀਂ ਦਿੱਤੇ ਗਏ ਅਤੇ ਨਾ ਹੀ ਕਿਸੇ ਸਰਕਾਰੀ ਡਾਕਟਰ ਨੇ ਇਲਾਜ ਲਈ ਬਾਂਹ ਫੜੀ। ਬੱਚਿਆਂ ਦੀ ਮਾਂ ਨੇ ਦੱਸਿਆ ਕਿ ਮੇਰੇ 2 ਲੜਕੀਆਂ ਵੀ ਹਨ, ਗਰੀਬੀ ਕਾਰਨ ਉਹਨਾਂ ਨੂੰ ਵੀ ਪੜ੍ਹਨੋਂ ਹਟਾਉਣਾ ਪਿਆ। ਗਰੀਬ ਪਰਿਵਾਰ ਨੇ ਦਾਨੀ ਪੁਰਸ਼ਾਂ ਅਤੇ NRI ਵੀਰਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਬੱਚਿਆਂ ਦਾ ਇਲਾਜ ਕਰਵਾਉਣ ਲਈ ਮਦਦ ਕਰਨ ਲਈ ਅੱਗੇ ਆਉਣ। ਉਹਨਾਂ ਕਿਹਾ, ਜੇਕਰ ਤੁਸੀਂ ਸਾਡੀ ਮਦਦ ਕਰਨਾ ਚਾਹੁੰਦੇ ਹੋ ਇਸ ਨੰਬਰ 'ਤੇ ਸੰਪਰਕ ਕਰੋ 9845-3175। ਬਲਵੀਰ ਕੌਰ ਸਲੀਮਪੁਰੇ ਜੀ। ਕੀ ਸਮੱਸਿਆ ਜੀ ਤੁਹਾਡੇ ਬੱਚਿਆਂ ਨੂੰ, ਕੀ ਬਿਮਾਰੀ ਲੱਗੀ ਹੈ ਜੀ? ਇਹਨਾਂ ਨੂੰ ਜੀ ਬਸ ਲੱਕ ਤੋਂ ਨਹੀਂ ਖੜਦੇ ਹੈਗੇ ਜੀ। ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਬਿਮਾਰ? ਇਹਨਾਂ ਨੂੰ ਜੀ ਵੱਡੇ ਮੁੰਡੇ ਨੂੰ ਹੋ ਗਏ 6 ਸਾਲ, ਛੋਟੇ ਨੂੰ 3 ਸਾਲ। ਅਤੇ ਕਿੰਨੇ ਬੱਚੇ ਆ ਆਪਣੇ? 4 ਜੀ। ਦੂਜੇ ਬੱਚੇ ਕੀ ਕਰਦੇ? ਦੂਸਰੇ ਬੱਚੇ ਜੀ, ਇੱਕ ਬੇਟੀ ਪੜ੍ਹਦੀ ਆ, ਇੱਕ ਘਰੇਲੂ ਕੰਮ ਕਰਦੀ ਆ। ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ? ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਕਿ ਸਾਡੇ ਬੱਚਿਆਂ ਦੇ ਇਲਾਜ ਵਾਸਤੇ ਸਾਡੀ ਮਦਦ ਕੀਤੀ ਜਾਵੇ। ਅਸੀਂ ਜੀ ਇਹ ਕਹਿੰਦੇ ਹਾਂ ਕਿ ਦਾਨੀ ਸੱਜਣਾਂ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਬੱਚਿਆਂ ਦੇ ਇਲਾਜ ਵਾਸਤੇ ਸਾਨੂੰ ਕੁਛ ਮਦਦ ਕੀਤੀ ਜਾਵੇ ਅਤੇ ਸਰਕਾਰ ਤੋਂ ਵੀ ਇਹ ਮੰਗ ਚਾਹੁੰਦੇ ਹਾਂ।